ਮੈਂ ਲਾਲਚ ਕਰਕੇ ਮੈਂ ਕਿਸੇ ਪਾਰਟੀ ਦਾ ਮੈਂ ਜਿੱਥੇ ਬੈਠਾ ਅਸਲ ਗੱਲ ਇਹ ਹੈ ਚੇਅਰ ਮੈਨੀਆਂ ਹਮ ਕੁਰਸੀਆਂ ਲੈਣੀਆਂ ਮੈਨੂੰ ਕਈ ਵਾਰੀ ਇਹ ਡਰ ਲੱਗਦਾ ਵੀ ਜੇ ਕੁਰਸੀ ਦਾ ਪਾਵਾਂ ਕਿਸ ਨੇ ਖਿੱਚ ਲਿਆ ਤਾਂ ਕੂੜੀਆਂ ਫੁੱਟਣਗੀਆਂ ਹਮ ਬੁੰਜੇ ਬੈਠੇ ਬੜੇ ਆਨੰਦ ਨਾਲ ਬੈਠੇ ਗਰਨ ਦਾ ਖੰਦ ਨਹੀਂ ਹੈ ਖੰਦ ਨਹੀਂ ਹੈ ਅੱਛਾ ਮੈਂ ਤੁਸੀਂ ਤੁਸੀਂ ਡਰ ਦਾ ਜ਼ਿਕਰ ਕੀਤਾ ਲਾਲਚ ਦਾ ਜ਼ਿਕਰ ਕੀਤਾ ਦੋ ਚੀਜ਼ਾਂ ਦਾ ਮੈਂ ਤੀਜੀ ਚੀਜ਼ ਦਾ ਜ਼ਿਕਰ ਕਰਦਾ ਇੱਕ ਰਿਸ਼ਤੇ ਹੁੰਦੇ ਆ ਯਾਰੀ ਦੋਸਤੀ ਹੁੰਦੀ ਹੈ ਜਾਂ ਇੱਕ ਮੈਂ 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 ਡਾਇਰੈਕਟ ਹੀ ਆ ਜਾਣਾ ਉਸ ਗੱਲ ਤੇ ਕਿ ਸੀਐਮ ਭਗਵੰਤ ਮਾਨ ਹੋਰਾਂ ਦੇ ਨਾਲ ਤੁਹਾਡਾ ਜੋ ਰਿਸ਼ਤਾ ਹੈ ਥੋੜਾ ਜਿਆਦਾ ਤਾਂ ਅਸੀਂ ਸਮਝਣਾ ਵੀ ਚਾਹਾਂਗੇ ਕਿ ਉਸ ਰਿਸ਼ਤੇ ਦੇ ਜ਼ਰੀਏ ਵੀ ਅਪਰੋਚ ਹੋਈ ਦੇਖੋ ਦਲੇ ਭਗਵੰਤ ਇੱਕਦਮ ਇੱਕ ਟੂਟੇ ਹੂੰ ਦੂਜੇ ਉਹ ਮੇਰੇ ਨਾਲ ਮੇਰੇ ਸਹਾਇਕ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਸਾਡਾ ਸ਼ੁਰੂਆਤ ਕਿਹਦੇ ਤੁਹਾਡੇ ਤੁਹਾਡੇ ਸਟੇਜ ਤੋਂ ਹੋਈ ਤੁਹਾਡੇ ਤੋਂ ਕੀਤੀ ਸੀ ਹਾਂ ਇਥੋਂ ਸ਼ੁਰੂ ਕੀਤੀ ਹੈ ਸ਼ੁਰੂਆਤ ਕੀਤੀ ਹੈ ਹੂੰ ਕਲਾਕਾਰੀ ਦੀ ਹਾਂ ਜੀ ਮੇਰੇ ਮਤਲਬ ਬਹੁਤ ਅچھے ਸਬੰਧ ਨੇ ਪਹਿਲਾਂ ਵੀ ਸੀਗੇ ਹੁਣ ਵੀ ਹੈਗੇ ਨੇ ਰਹਿਣਗੇ ਵੀ ਐਵੇਂ ਜਿਵੇਂ ਠੀਕ ਹੈ ਪਾਰਟੀ ਦੀ ਸੋਚ ਅਲੱਗਾ ਹੁੰਦੀ ਆ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਪਾਰਟੀ ਦਾ ਆਪਣਾ ਆਪਣਾ ਨੀਤੀ ਹੈਗੀ ਹੈ ਤੇ ਮੈਨੂੰ ਨੀਤੀਆਂ ਕਾਂਗਰਸ ਦੀਆਂ ਚੰਗੀਆਂ ਲੱਗਦੀਆਂ ਨੇ ਇਸ ਕਰਕੇ ਮੈਂ ਉਸ ਪਾਰਟੀ ਨਾਲ ਜੁੜੇ ਹੋਏ ਹਾਂ ਜਿੰਦ ਤੱਕ ਭਗਵਾਨ ਜੀ ਦਾ ਤਲਕ ਹੈ ਉਹ ਬਤੌਰ ਮੁੱਖ ਮੰਤਰੀ ਮੇਰੀ ਉਹ ਉਨੀ ਇੱਜ਼ਤ ਕਰਦੇ ਨੇ ਜਿੰਨੀ ਮੇਰੀ ਪਹਿਲਾਂ ਕਰਦੇ ਸੀਗੇ ਠੀਕ ਹੈ ਹੁਣ ਵੀ ਹਾਂਜੀ ਜਦੋਂ ਉਹਨਾਂ ਦਾ ਜੀ ਕਰਦਾ ਕਦੇ ਫੂਲ ਵੀ ਕਰ ਲੈਂਦੇ ਨੇ ਜਦੋਂ ਜੀ ਕਰਦਾ ਉਹਨਾਂ ਦਾ ਮੈਨੂੰ ਬੁਲਾ ਵੀ ਲੈਂਦੇ ਨੇ ਫੰਕਸ਼ਨ ਤੇ ਮੈਂ ਜਾਇਆ ਉਹਨਾ ਮੈਨੂੰ ਇਹ ਬਹੁਤਾ ਇਹਨਾਂ ਗੱਲਾਂ ਦਾ ਮੈਂ ਬਹੁਤਾ ਖਿਆਲ ਨਹੀਂ ਕਰਦਾ ਤੁਸੀਂ ਤੁਸੀਂ ਜ਼ਿਕਰ ਕੀਤਾ ਕਿ ਸ਼ੁਰੂਆਤ ਵਿਜੇ ਵੀ ਉਸ ਦਾ ਜ਼ਿਕਰ ਕਰ ਰਹੇ ਸੀ ਕੋਈ ਕਿੱਸਾ ਯਾਦ ਹੈ ਕਿ ਜਦੋਂ ਭਗਵੰਤ ਮਾਨ ਤੁਹਾਨੂੰ ਪਹਿਲੀ ਵਾਰ ਮਿਲੇ ਤੁਹਾਡੇ ਨਾਲ ਕੋਈ ਸਟੇਜ ਸਾਂਝੀ ਕੀਤੀ ਕੋਈ ਕਿੱਸਾ ਹੋਵੇ ਜਿਹੜਾ ਭਗਵੰਤ ਮਾਨ ਦਾ ਤੁਹਾਨੂੰ ਯਾਦ ਹੋਵੇ ਨਹੀਂ ਇਹਦੇ ਵਿੱਚ ਕੀ ਹੈ ਮੇਰੀ ਇੱਕ ਕੰਪਨੀ ਸੀ ਰਿਕਾਰਡਿੰਗ ਕੰਪਨੀ ਠੀਕ ਹੈ लुधियानी ਸੀ ਉਹ ਹੂੰ ਉਸ ਕੰਪਨੀ ਦਾ ਕੰਮ ਜਿਹਨੂੰ ਮੈਂ ਸੰਭਾਲਿਆ ਹੋਇਆ ਸੀਗਾ ਉਹ ਬੰਦਾ ਇਸ ਇਲਾਕੇ ਦਾ ਸੀਗਾ ਜਿੱਥੋਂ ਦੇ ਇਹ ਹੈਗੇ ਨੇ ਸ਼ਗਰੂਰ ਇਲਾਕੇ ਦੇ ਸ਼ਗਰੂਰ ਇਲਾਕੇ ਦੇ ਉਹ ਜਾਣਦੇ ਸੀਗੇ ਮੇਰਾ ਕੰਮ ਹੁੰਦਾ ਸੀ ਸਟੇਜ ਦਾ ਠੀਕ ਹੈ ਇਹ ਕਿਉਂਕਿ ਸਕੂਲਾਂ ਚ ਔਰ ਕਾਲਜਾਂ ਦੇ ਵਿੱਚ ਹੈ ਜੀ ਇਹਨਾਂ ਨੇ ਜ਼ਰੂਰ ਪਾਰਟਿਸਿਪੇਟ ਕੀਤਾ ਹੋਇਆ ਸੀ ਪ੍ਰੋਗਰਾਮ ਠੀਕ ਹੈ ਐਸੇ ਕਰਕੇ ਇਹਨੂੰ ਸ਼ੌਕ ਸੀਗਾ ਹੈ ਜੀ ਉਸ ਬੰਦੇ ਨੇ ਮੈਨੂੰ ਇਹਨਾਂ ਨੂੰ ਮਿਲਾਇਆ ਜਿਸ ਦਿਨ ਮੈਂ ਪਹਿਲੇ ਦਿਨ ਇਹਨਾਂ ਨੂੰ ਸਟੇਜ ਤੇ ਸੁਣਿਆ ਉਸੇ ਦਿਨ ਮੇਰੇ ਮਨ ਚ ਬਸ ਗਿਆ ਬੀ ਟੈਲੈਂਟਡ ਬੱਚਾ ਹੈ ਬਹੁਤ ਅੱਛਾ ਹੈ ਔਰ ਅੱਗੇ ਜਾਊਗਾ ਅਸੀਂ 1 ਸਾਲ ਇਕੱਠੇ ਰਹੇ ਹਾਂ ਠੀਕ ਹੈ ਹੈ ਜੀ ਫਿਰ ਟੁੱਟ ਕਿਉਂ ਗਈ ਇਹ ਕੁਟੇ ਦੇ ਸਾਲ ਬਾਅਦ ਨਾ 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 ਟੁੱਟੀ ਨਹੀਂ ਹੈ ਮੈਂ ਇਹਨਾਂ ਦਾ ਟੈਲੈਂਟ ਦੇਖ ਕੇ ਮੈਂ ਆਪਣੇ ਆਪ ਹੀ ਕਹਿ ਦਿੰਦਾ ਲਖਪਤ ਮੈਂ ਬਹੁਤ ਥੋੜੇ ਪੈਸੇ ਲੈਣਾ ਤੇਰੇ ਜੀ ਟੈਲੈਂਟ ਐਨਾ ਹੈ ਕਿ ਮੈਂ ਤੇਰੇ ਤੇਰੀ ਫੀਸ ਨਹੀਂ ਲੈ ਨਹੀਂ ਸਕਦਾ ਆਪਣਾ ਗਰੁੱਪ ਬਣਾ ਲੈ ਪਰਮਾਤਮਾ ਕਰੇ ਤੂੰ ਹੋਰ ਤਰੱਕੀ ਕਰੇ। ਤੁਸੀਂ ਸਟੇਜ ਤੇ ਕਿੰਨੇ ਪੈਸੇ ਦਿੰਦੇ ਸੀ ਭਗਵੰਤ ਮਾਨ ਨੂੰ ਕੁਝ ਯਾਦ ਹੈ? ਚਲੋ ਮੇਰੀ ਗੱਲ ਛੱਡੋ। ਉਹ ਖੁਦ ਵੀ ਦੱਸ ਸਕਦੇ ਨੇ ਮੈਂ ਮੇਰੇ ਮੂੰਹ ਚੰਗਾ ਨਹੀਂ ਲੱਗਦਾ। ਅੱਛਾ ਨਹੀਂ ਲੱਗਦਾ। ਮੈਂ ਚਲੋ ਫਿਰ ਵੀ ਲੋਕਾਂ ਦਾ ਅੱਛਾ ਨਹੀਂ ਲੱਗਦਾ ਮੈਨੂੰ ਇੰਨਾ ਪਤਾ ਕਿ ਮੇਰੇ ਘਰੇ ਉਹ ਠਹਿਰਦੇ ਸੀਗੇ। ਮੇਰੇ ਘਰੇ ਉਹ ਰੋਟੀ ਖਾਂਦੇ ਸੀਗੇ। ਮੇਰੀਆਂ ਗੁੱਡੀਆਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ। ਹਾਂਜੀ। ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇੱਕ ਪਰਿਵਾਰ ਵਾਂਗੂ ਅਸੀਂ ਰਹਿੰਦੇ ਸੀਗੇ। ਸੋ ਤੁਹਾਡੇ ਕਹਿੰਦੇ ਉਹਨਾਂ ਨੇ ਗਰੁੱਪ ਬਣਾਇਆ। ਮੇਰੇ ਕਹਿਣ ਦੀ ਗਰੁੱਪ ਬਣਾ ਲਿਆ ਜਿਹੜੇ ਕੈਂਡੀਡੇਟਸ ਇਸ ਸਮੇਂ ਤੁਹਾਨੂੰ ਪੰਜਾਬ ਦੇ ਵਿੱਚ ਕਾਂਗਰਸ ਦੇ ਨਜ਼ਰ ਆ ਰਹੇ ਹਨ ਸਣੇ ਫਰੀਦਕੋਟ ਲੱਗਦਾ ਕਿ ਦਮਦਾਰ ਹੈ ਮੈਂ ਇਸ ਕਰਕੇ ਸਵਾਲ ਕਰ ਰਹੇ ਹਾਂ ਕਿਉਂਕਿ ਕਾਂਗਰਸ ਤੇ ਪੰਜਾਬ ਚ ਦੇਸ਼ ਦੇ ਵਿੱਚ ਇਲਜ਼ਾਮ ਲੱਗਦਾ ਕਿ ਬੜੇ ਖਿੰਡੇ-ਖਿੰਡੇ ਨਜ਼ਰ ਆਉਂਦੀ ਹੈ ਕਾਂਗਰਸ ਪੰਜਾਬ ਦੇ ਵਿੱਚ ਵੀ ਹੁਣ ਤੁਹਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਤੁਸੀਂ ਪ੍ਰਚਾਰ ਕਰਨ ਨਹੀਂ ਗਏ ਕਿਸੇ ਦੀ ਕੋਈ ਗੱਲ ਹੈ ਕਿਸੇ ਦੀ ਕੋਈ ਗੱਲ ਹੈ ਆਪੋ ਆਪਣੇ ਤੁਸੀਂ ਕਹਿ ਸਕਦੇ ਹੋ ਡੀ ਦੇ ਵਿੱਚ ਖੇਡ ਰਹੇ ਨੇ ਸਾਰੇ ਬੇਨਤੀ ਹੈ ਫੋਨ ਮੈਨੂੰ ਅਰਧਾਂਜੀਤ ਦਾ ਵੀ ਆਇਆ ਹੂੰ ਫੋਨ ਮੈਨੂੰ ਸਾਡੇ ਲੀਡਰਾਂ ਦੇ ਵੀ ਆਇਆ ਗਾਈ ਤੁਸੀਂ ਫੇਰ ਨਹੀਂ ਨਹੀਂ ਮੈਂ ਉਹਨਾਂ ਨੂੰ ਵੀ ਗੱਲ ਕਹੀ ਹੈ ਵੀ ਮੇਰੇ ਹੱਥ ਦੇ ਵਿੱਚ ਕੋਈ ਕਾਗਜ਼ ਦੇ ਦਿਓ ਕਿਉਂਕਿ ਮੈਨੂੰ ਲੋਕਾਂ ਨੇ ਸਵਾਲ ਕਰਨਾ ਵੀ ਤੇਰੀ ਟਿਕਟ ਕਿੱਧਰ ਨੂੰ ਗਈ ਮੈਂ ਕਹੂੰਗਾ ਪਾਰਟੀ ਨੇ ਮੇਰੀ ਆ ਡਿਊਟੀ ਲਈ ਹੈ ਮੈਂ ਇਹ ਕਰਨਾ ਹੈ ਮੇਰੇ ਕੋਲ ਕੋਈ ਜਵਾਬ ਤਾਂ ਹੋਊਗਾ ਨਾ ਹੈ ਜੀ ਇਸ ਕਰਕੇ ਮੈਂ ਨਹੀਂ ਗਿਆ ਮਤਲਬ ਤੁਹਾਨੂੰ ਸਟਾਰ ਪ੍ਰਚਾਰਕ ਬਣਾ ਦਿੱਤਾ ਜਾਵੇ ਤੁਸੀਂ ਸਟਾਰ ਨਾ ਲਿਖਣਾ ਕੱਲਾ ਪ੍ਰਚਾਰਾ ਕਰੀ ਜਿਸ ਸਮਾਪਤਾਰ ਤਾ ਮੈਨੂੰ ਰੱਬ ਨੇ ਲੋਕਾਂ ਨੇ ਬਣਾਇਆ ਹੋਇਆ ਹੈ ਜੀ ਲੋਕਾਂ ਨੇ ਜੇ ਮੈਨੂੰ ਸਤਾਰ ਬਣਾਇਆ ਹੋਇਆ ਤਾਂ ਹੀ ਮੈਂ ਇੱਥੇ ਤੱਕ ਪਹੁੰਚਿਆ ਹੂੰ ਨਹੀਂ ਮੇਰੇ ਮਨ ਕਹਿੰਦਾ ਨਹੀਂ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ ਲੈਟਰ ਲਿਖਣ ਨੂੰ ਟਾਈਮ ਨਹੀਂ ਲੱਗਦਾ ਪਰ ਤੁਹਾਡੇ ਪ੍ਰਚਾਰ ਦੀ ਵਜ੍ਹਾ ਦੇ ਨਾਲ ਮਤਲਬ ਕਿ ਵੋਟਾਂ ਟੁਕੜਾ ਸਮੇਂ ਤੇ ਡਿਸੀਜਨ ਨਹੀਂ ਲੈਂਦੇ ਇਹ ਸਮਝਦੇ ਹੋ ਕਾਂਗਰਸ ਦੇਖੋ ਇਹ ਉਹਨਾਂ ਦੀ ਆਪਣੀ ਸੋਚ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਮੈਂ ਉਹਨਾਂ ਨੂੰ ਨਾ ਤਾਂ ਕੋਈ ਰਾਹ ਦੇ ਸਕਦਾ ਹੈ ਜੀ ਤੇ ਨਾ ਹੀ ਮੈਂ ਇਹ ਕਹਿ ਸਕਦਾ ਕਿ ਉਹ ਗਲਤ ਕਰ ਰਹੇ ਨੇ ਉਤਰਾ ਉਹਨਾਂ ਦੀ ਮਰਜ਼ੀ ਹੈ ਨਹੀਂ ਫਿਰ ਠੀਕ ਮੰਨਦੇ ਹੋ ਕਿ ਠੀਕ ਹੋ ਰਿਹਾ ਨਹੀਂ ਦੇਖੋ ਇਹ ਉਹ ਜਾਣਦੇ ਨੇ ਉਹ ਠੀਕ ਕਰ ਰਹੇ ਨੇ ਕਿ ਗਲਤ ਕਰ ਰਹੇ ਨੇ ਹਾਂਜੀ ਮੈਂ ਬੈਠਾ ਵੀ ਤਿਆਰ ਅੱਛਾ ਤੁਸੀਂ ਕਾਂਗਰਸ ਦੇ ਅੰਦਰੋਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਮੈਂ 4-5 ਨਾਮ ਲੈਣਾ ਹੈ ਰਾਜਾ ਵਰਿੰਗ ਪ੍ਰਤਾਪ ਬਾਜਵਾ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਹ 4-5 ਵੱਡੇ ਨਾਮ ਹੈਗੇ ਨੇ ਇਹ ਇਕੱਠੇ ਹੈਗੇ ਨੇ ਇੱਕ ਮੁਟ ਤੋਂ ਨਜ਼ਰ ਆਉਂਦੇ ਨੇ ਕਿ ਹਾਂ ਇਹ ਪੂਰੀ ਤਾਕਤ ਦੇ ਨਾਲ ਇਕੱਠੇ ਹੋ ਕੇ ਲੜ ਰਹੇ ਨੇ ਜਾਂ ਨਹੀਂ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਨਾ ਜੀ ਚੰਗੀ ਗੱਲ ਸੀ ਜੇ ਉਹਨਾਂ ਨੂੰ ਕਰੋ ਉਹਨਾਂ ਨੂੰ ਵੀ ਕਿਤਾ ਸੀ ਪਰ ਇਹ ਕਿ ਇੱਕ ਵਰਕਰ ਇੱਕ ਉਲਪੀਕ ਪਾਰਟੀ ਦਾ ਆਗੂ ਕੀ ਸੋਚ ਰਿਹਾ ਹੈ ਉਹਨਾਂ ਤੱਕ ਵੀ ਪਹੁੰਚ ਜੀ ਉਹਨਾਂ ਦਾ ਕੀ ਜਵਾਬ ਤੁਹਾਨੂੰ ਮਿਲ ਗਿਆ ਹੋਗਾ ਤੁਸੀਂ ਇਹ ਸਵਾਲ ਮੈਥੋਂ ਕਿ ਪੁੱਛਦੇ ਹੋ ਦੇਖੋ ਮੈਂ ਕਹਿੰਦਾ ਦਿਲ ਦੀ ਨਹੀਂ ਜਾਣਦਾ ਨਹੀਂ ਨਹੀਂ ਦਿਲ ਦੀ ਨਹੀਂ ਦੇਖੋ ਇੱਕ ਜਿਹੜਾ ਵਰਕਰ ਤੁਹਾਡੀ ਵੀ ਹਲਕੇ ਦਾ ਤੁਹਾਡੇ ਪਾਰਲੀਮੈਂਟ ਹਲਕੇ ਦਾ ਹੋਏਗਾ ਜਿਹੜਾ ਤੁਹਾਨੂੰ ਫੋਲੋ ਕਰਦਾ ਹੈ ਜਾਂ ਤੁਹਾਡੇ ਨਾਲ ਖੜਦਾ ਹੈ ਉਹ ਇੱਕ ਰਾਇਤਾ ਬਣਾਉਂਦਾ ਹੈ ਨਾ ਕਿ ਜਦੋਂ ਇੱਕ ਪੂਰੀ ਪਿਕਚਰ ਕ੍ਰੀਏਟ ਹੁੰਦੀ ਹੈ ਪੰਜਾਬ ਕਾਂਗਰਸ ਨੂੰ ਲੈ ਕੇ ਤਾਂ ਉਹਦੇ ਜ਼ਹਿਨ ਦੇ ਵਿੱਚ ਕੀ ਆ ਰਿਹਾ ਮੈਂ ਤਾਂ ਉਹ ਜਾਨਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਬੈਟਰ ਹੋ ਸਕਦਾ ਹੈ ਕਿ ਸਾਰੇ ਇਕੱਠੇ ਆਉਣ ਹੋਰ ਵੀ ਬਹੁਤ ਸਾਰੇ ਨਾਮ ਹੈਗੇ ਨੇ ਜਿਹੜੇ ਕਾਂਗਰਸ ਦੇ ਅੰਦਰ ਹੈਗੇ ਨੇ ਕਿ ਉਸ ਤਰੀਕੇ ਨਾਲ ਇਕੱਠੇ ਆਣ ਇਕੱਠੇ ਆ ਕੇ ਪ੍ਰਚਾਰ ਕਰਨ ਇਕੱਠੇ ਦੇਖਣ ਇਕੱਠੇ ਪ੍ਰੈਸ ਕਾਨਫਰੰਸ ਕਰਨ ਇੱਕ ਮਜ਼ਬੂਤ ਮੈਸੇਜ ਆਏਗਾ ਕਾਂਗਰਸ ਦੇ ਵਿੱਚ ਪੰਜਾਬ ਦਾ ਤੁਹਾਡੀ ਗੱਲ ਬੜੀ ਅੱਛੀ ਹੈ ਮੈਨੂੰ ਵੀ ਚੰਗੀ ਲੱਗੀ ਹੈ ਤੇ ਮੇਰਾ ਖਿਆਲ ਹੈ ਸਾਰੇ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਵੀ ਚੰਗੀ ਲੱਗੀ ਹੋਣੀ ਹੈ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਉਹ ਕਿਵੇਂ ਚੱਲਦੇ ਨੇ ਹਰ ਬੰਦਾ ਆਪਣਾ ਮੁਫਾਦ ਦੇਖਦਾ ਹਰ ਬੰਦਾ ਆਪਣਾ ਫਾਇਦਾ ਸੋਚਦਾ ਨਿੱਜੀ ਮੁਫਾਦਾਂ ਕਰਕੇ ਪਾਰਟੀ ਦੇ ਨਾਮ ਨਹੀਂ ਮੈਨੂੰ ਮੈਂ ਇਹ ਨਹੀਂ ਕਹਿ ਸਕਦਾ ਨਿੱਜੀ ਮੁਫਾਦਾਂ ਪਰ ਹਰ ਬੰਦਾ ਆਪਣਾ ਮੁਫਾਦ ਦੇਖਦਾ ਹੈ ਜੀ ਤੇ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਕਈ ਵਾਰ ادارے ਦਾ ਨੁਕਸਾਨ ਹੁੰਦਾ ਉਸ ਦੇ ਨਾਲ ਜਦੋਂ ਕੋਈ ਆਪਣਾ ਹੀ ਹੀ ਸਿਰਫ ਸੋਚੀ ਜਾਵੇ ਹਾਂ ਫਿਰ ਇਕਤਾ ਦੇ ਵਿੱਚ ਬਰਕਤ ਬਹੁਤ ਹੁੰਦੀ ਹੈ ਇਹ ਤਾਂ ਮੈਂ ਸਮਝਦਾ ਹਮ ਇਕਤਾ ਉਹ ਵਿੱਚ ਬਰਕਤ ਹੁੰਦੀ ਹੈ ਔਰ ਇਕਤਾ ਦੇ ਨਾਲ ਹੀ ਹਰ ਬੰਦਾ ਤਰੱਕੀ ਵੀ ਕਰਦਾ ਪਰ ਪਰਿਵਾਰ ਤਰੱਕੀ ਕਰਨ ਦੇ ਜੇ ਇਕਤਾ ਜੇ ਇਕਤਾ ਨਹੀਂ ਹੈ ਤੇ ਪਰਿਵਾਰ ਦੇ ਵਿੱਚ ਵੀ ਨੁਕਸਾਨ ਹੋ ਜਾਂਦਾ ਹੈ ਅੱਛਾ ਤੁਹਾਨੂੰ ਮਲਾਲ ਹੈ ਕਿ ਤੁਸੀਂ 10 ਸਾਲ ਇੱਕ ਵਾਰੀ ਐਮਪੀ ਰਹੇ ਇੱਕ ਵਾਰੀ ਐਮਐਲਏ ਰਹੇ ਸੱਤਾ ਵਾਲਾ ਕੰਮ ਦੋਵੇਂ ਵਾਰ ਨਹੀਂ ਸੀ ਨਾ ਸਟੇਟ 'ਚ ਨਾ ਸੈਂਟਰ ਦੇ ਵਿੱਚ ਮਲਾਲ ਹੈ ਇਸ ਚੀਜ਼ ਦਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਦੇਖੋ ਕਿ ਜਦੋਂ 2017 ਦੇ ਵਿੱਚ ਕਾਂਗਰਸ ਜਿੱਤੀ ਤੁਸੀਂ ਹਾਰ ਗਏ ਜਦੋਂ 12 ਦੇ ਵਿੱਚ ਤੁਸੀਂ ਜਿੱਤੇ ਕਾਂਗਰਸ ਹਾਰ ਗਈ ਜਦੋਂ 19 ਦੇ ਵਿੱਚ ਤੁਸੀਂ ਜਿੱਤੇ ਉਸ ਸਮੇਂ ਦੇਸ਼ 'ਚ ਕਾਂਗਰਸ ਆ ਰਹੀ ਬੜਾ ਖਤਰਨਾਕ ਸਵਾਲ ਹੈ ਤੁਹਾਡਾ ਮਤਲਬ ਜਦੋਂ ਜਦੋਂ ਮੈਂ ਆਇਆ ਉਦੋਂ ਉਦੋਂ ਕਾਂਗਰਸ ਦਾ ਹਾਲ ਮਾੜਾ ਹੋਇਆ ਬੜੀ ਮਾੜੀ ਗੱਲ ਹੈ ਤਾਂ ਐਸਾ ਤਾਂ ਕੁਝ ਨਹੀਂ ਹੈ ਸਾਡੇ ਮੇਰੇ ਦਿਲ 'ਚ ਹੁੰਦਾ ਨਾ ਕਿ ਜੇ 2017 'ਚ ਤੁਸੀਂ ਦੂਜੀ ਵਾਰ ਐਮ.ਐਲ.ਏ. ਜਿੱਤ ਜਾਂਦੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਤੁਹਾਡੇ ਬਹੁਤ ਤਾਲੁਕਤ ਵਧੀਆ ਰਹੇ ਉਹਨਾਂ ਦੇ ਨਾਲ ਮੰਤਰੀ ਬਣ ਜਾਂਦੇ ਇੱਕ ਕਈ ਵਾਰ ਮਲਾਲ ਹੁੰਦਾ ਮੈਂ ਤਾਂ ਇਸ ਕਰਕੇ ਨਹੀਂ ਮੰਤਰੀ ਬਣ ਕੇ ਖੰਭ ਥੋੜੀ ਲੱਗ ਜਾਂਦੇ ਨੇ ਕਰ ਲਈ ਨਾ ਸੇਵਾ ਯਾਰ ਹੂੰ ਜਦੋਂ ਡੀ.ਜੀ. ਸਾਹਿਬ ਮੈਂ ਮੈਨੂੰ ਇਹ ਗੱਲ ਮੰਨ ਲੈਂਦੇ ਨੇ ਫਿਰ ਮੰਤਰੀ ਬਣ ਕੇ ਕੀ ਹੈ ਨਹੀਂ ਮੈਂ 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 ਹੋਰ ਇਹਦੇ ਚ ਐਡ ਆਨ ਕਰ ਦਿੰਨਾ ਹੈ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਜਦੋਂ ਕਾਂਗਰਸ ਛੱਡੀ ਉਹਨਾਂ ਨੇ ਬਿਆਨ ਦਿੱਤਾ ਕਹਿੰਦੇ ਲੋਕ ਸਾਨੂੰ ਜਿਤਾ ਕੇ ਭੇਜਦੇ ਨੇ ਗਾਂ ਸਾਡੀ ਸਰਕਾਰ ਨਹੀਂ ਬਣਦੀ ਅਸੀਂ ਕੋਈ ਕੰਮ ਨਹੀਂ ਕਰ ਪਾਉਂਦੇ ਮੈਂ ਇਸ ਕਰਕੇ ਬੀਜੇਪੀ ਚ ਆਇਆ ਕਿ ਹੁਣ ਅੱਗੇ ਬੀਜੇਪੀ ਦੀ ਬਣਨੀ ਹੈ ਤੇ ਇਹਦੇ ਨਾਲ ਹੀ ਜੁੜ ਜਾਓ ਮੈਂ ਬਿੱਟੂ ਜੀ ਦਾ ਕਿਉਂ ਹੈ ਤਾਂ ਮੇ ਤੋਂ ਛੋਟੇ ਮੈਂ ਉਹਦਾ ਸਰਕਾਰ ਵੀ ਕਰਦਾ ਪਰ ਮੈਂ ਇਹ ਗੱਲ ਨਹੀਂ ਸਮਝ ਸਕਿਆ ਵੀਰ ਜੋਤਸ਼ੀ ਕਹਦੇ ਤੋਂ ਬਣੇ ਨੇ ਵੀ ਸਰਕਾਰ ਅਗਲੀ ਉਹਨਾਂ ਦੀ ਹੋਊਗੀ ਮੇਰੇ ਖਿਆਲ ਸਮਝ ਚ ਗੱਲ ਆਂਦੀ ਹੈ ਇਹ ਤਾਂ ਜਨਤਾ ਹੈ ਜਿਹਨੂੰ ਜਾਊਗੀ ਸਰਕਾਰ ਉਹਦੀ ਬਣੂਗੀ ਇੱਕ ਬਿੱਟੂ ਜੀ ਨੂੰ ਕਿਵੇਂ ਪਤਾ ਲੱਗਿਆ ਜਾਂ ਮੈਨੂੰ ਕਿਵੇਂ ਪਤਾ ਲੱਗ ਜੂਗਾ ਹੈ ਜੀ ਇਹ ਜਿਹੜੀਆਂ ਫालतू ਗੱਲਾਂ ਲੈਣਾ ਇਹ ਜੁਮਲੇ ਦੇ ਬਿੱਟੂ ਜੀ ਨੇ ਡਿਸੀਜਨ ਗਲਤ ਲਿਆ ਨਹੀਂ ਇਹ ਉਹੀ ਜਾਣਦੇ ਨੇ ਗਲਤ ਹੈ ਕਿ ਸਹੀ ਹੈ ਯਾਰ ਮੈਂ ਲਾ ਡਿਸੀਜਨ ਲੈਂਦਾ ਹਾਂ ਅਜੀ ਉਹਨੂੰ ਹੀ ਪਤਾ ਹੁੰਦਾ ਮੈਂ ਮੈਂ ਤੁਸੀਂ ਤੁਸੀਂ ਵੀ ਇੰਨਾ ਲੰਮਾ ਸਮਾਂ ਕਾਂਗਰਸ ਪਾਰਟੀ ਦਾ ਹਿੱਸਾ ਰਹੇ ਹੋ ਬਾਕੀ ਲੀਡਰ ਤੁਹਾਡੇ ਆਉਂਦੇ ਨੇ ਕਾਂਗਰਸ ਪਾਰਟੀ ਦੇ ਇੱਥੇ ਆਏ ਨੇ ਕਈ ਸਭ ਨੇ ਕਿਹਾ ਕਿ ਜੇ ਬਿਆਨ ਸਿੰਘ ਦੇ ਪਰਿਵਾਰ ਨੂੰ ਕੁਝ ਨਹੀਂ ਦਿੱਤਾ ਕਾਂਗਰਸ ਨੇ ਤਾਂ ਫਿਰ ਕਿਸੇ ਨੂੰ ਵੀ ਕੁਝ ਨਹੀਂ ਦਿੱਤਾ ਜੇ ਬਿੱਟੂ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਕੀ ਦਿੱਤਾ ਕਾਂਗਰਸ ਨੇ ਇਹ ਫਿਰ ਵੀ ਤੁਸੀਂ ਸਮਝਦੇ ਹੋ ਇਹ ਬਿੱਟੂ ਜੀ ਜਾਣਦੇ ਨੇ ਵੀ ਉਹਨਾਂ ਨੂੰ ਕੀ ਨਹੀਂ ਮਿਲਿਆ ਹਾਂ ਕਹਤਾਂ ਕਿ ਜੀ ਫੋਲਦਾ ਨਹੀਂ ਉਹਦੇ ਜੇਬ ਚ ਕੀ ਹੈ ਤੇ ਉਹੀ ਜਾਣਦੇ ਨੇ ਜਿਹੜੇ ਪਾਰਟੀ ਛੱਡ ਕੇ ਗਏ ਨੇ ਮਾਨਵਾਂ ਉਹਨਾਂ ਦੇ ਜਾਣ ਦਾ ਦੁੱਖ ਜ਼ਰੂਰ ਹੈ ਸਾਡੇ ਪਰਿਵਾਰ ਚੋਂ ਇੱਕ ਐਸਾ ਬੰਦਾ ਚਲਾ ਗਿਆ ਜਿਹੜਾ ਤਿੰਨ ਵਾਰੀ ਐਮਪੀ ਬਣਿਆ ਔਰ ਸਰਦਾਰ ਬੀਨ ਸਿੰਘ ਜੀ ਦਾ ਪੋਤਾ ਸਰਦਾਰ ਬੀਨ ਸਿੰਘ ਜੀ ਜਿਹੜੇ ਦੇਸ਼ ਵਾਸਤੇ ਪੰਜਾਬ ਵਾਸਤੇ ਸ਼ਹੀਦ ਹੋ ਗਏ ਨੇ ਹੈ ਨਹੀਂ ਮੈਂ ਸਮਝਦਾ ਬਈ ਚਲੋ ਸਦੀਕ ਸਾਹਿਬ ਤੁਸੀਂ ਹਰ ਸਵਾਲ ਦੇ ਉੱਤੇ ਇੰਡੀਵਿਜੂਅਲ ਦੀ رائے ਕਹਿ ਰਹੇ ਹੋ ਪਰ ਸਿਆਸਤਦਾਨਾਂ ਦੇ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਖੁੱਲ ਕੇ ਗੱਲ ਕਰਨੀ ਵੀ ਚਾਹੀਦੀ ਹੈ ਨਹੀਂ ਮੈਂ ਖੁੱਲ ਕੇ ਗੱਲ ਕਰ ਰਿਹਾ ਨਹੀਂ ਤੁਸੀਂ ਜਦੋਂ ਮੈਂ ਕਾਂਗਰਸ ਨੂੰ ਲੈ ਕੇ ਸਵਾਲ ਕਰਦਾ ਤੁਸੀਂ ਕਹਿੰਦੇ ਹੋ ਉਹਨਾਂ ਦਾ ਆਪਣਾ ਅਧਿਕਾਰ ਹੈ ਇੱਕ ਵਰਕਰ ਦੇ ਤੌਰ ਦੇ ਉੱਤੇ ਰਵਨੀਤ ਬਿੱਟੂ ਨੂੰ ਲੈ ਕੇ ਦੇਖੋ ਇੱਕ ਹਰ ਕਿਸ ਦੀ ਇੱਕ ਇੰਡੀਵਿਜੂਅਲ رائے ਤਾਂ ਹੁੰਦੀ ਹੈ ਤੁਸੀਂ ਉਸ ਤੋਂ ਬਚ ਰਹੇ ਹੋ ਤੁਸੀਂ ਸੇਫ ਪਲੇ ਕਰਦੇ ਹੋ ਮੈਂ ਬਿਲਕੁਲ ਨਹੀਂ ਬਚ ਰਿਹਾ ਮੈਂ ਇਹ ਕਹਿ ਰਿਹਾ ਵੀ ਜਿੱਦੀ ਜਿੱਦ ਮਰਜ਼ੀ ਹਿੰਦੁਸਤਾਨ ਹੈ ਇਹ ਡੈਮੋਕ੍ਰੇਸੀ ਹੈ ਇਹ ਲੋਕ ਰਾਜ ਹੈ ਹਰ ਬੰਦਾ ਆਪਣੀ رائے ਰੱਖਦਾ ਜਿਹੜੀ ਮੇਰੀ رائے ਆ ਉਹ ਇਹ ਹੈ ਵੀ ਜਿਹੜੇ ਲੋਕ ਪਾਰਟੀਆਂ ਛੱਡਦੇ ਨੇ ਉਹ ਮਾੜੀ ਗੱਲ ਹੈ ਹਮ ਅੱਛੀ ਗੱਲ ਨਹੀਂ ਹੈ ਤੁਹਾਡੇ ਜ਼ਿਹਨ 'ਚ ਆਇਆ ਕਦੇ ਕੀ ਕੀ ਪਾਰਟੀ 'ਚ ਹੋਰ ਪਾਸੇ ਦੇਖੀਏ ਇੱਕ ਫਿਲਮ ਆਈ ਸੀਗੀ ਉਹ ਫਿਲਮ ਦਾ ਨਾਮ ਪਤਾ ਕੀ ਸੀ ਕੋਠੇ ਟੱਪਣੀ ਮੈਂ ਉਹ ਨਹੀਂ ਹਾਂ ਅੱਛਾ ਸਦੀਕ ਸਾਹਿਬ ਕਲਾਕਾਰੀ ਵਧੀਆ ਹੈ ਕਿ ਸਿਆਸਤ ਵਧੀਆ ਹੈ ਜਾਂ ਦੋਨਾਂ ਨੂੰ ਕਿਵੇਂ ਵੇਖਦੇ ਹੋ ਨਹੀਂ ਮੈਂ ਦੋਨੋਂ ਜੁਨਾ ਹਟਾਈਆਂ ਨੇ ਹੈ ਜੀ ਮੈਨੂੰ ਉੱਥੇ ਵੀ ਸਨਕਾਰ ਮਿਲਿਆ ਇੱਥੇ ਵੀ ਸਨਕਾਰ ਮਿਲਿਆ ਇਹ ਜਿਹੜਾ ਸਨਕਾਰ ਸੀਗਾ ਇਹ ਮੈਂ ਸਮਝਦਾ ਇੱਕ ਸਰਕਾਰੀ ਤੌਰ ਤੇ ਉਹ ਜਿਹੜਾ ਸੀਗਾ ਉਹ ਮੇਰੀ ਮਿਹਨਤ ਦਾ ਸੀਗਾ ਇਸ ਕਰਕੇ ਮੈਨੂੰ ਦੋਨੋਂ ਹੀ ਚੰਗੇ ਲੱਗੇ ਨੇ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਕਲਾਕਾਰ ਜਿਹੜੇ ਹੁੰਦੇ ਆ ਉਹ ਬੜੇ ਭਾਵੁਕ ਹੁੰਦੇ ਆ ਦਿਲੋਂ ਸੋਚਦੇ ਆ ਬਹੁਤ ਦਿਮਾਗ ਵਾਲੇ ਜਾਂ ਛਾਤਰ ਨਹੀਂ ਹੁੰਦੇ ਇਹ ਕਲਾਕਾਰਾਂ ਬਾਰੇ ਇੱਕ ਇੱਕ ਧਾਰਨਾ ਬਣੀ ਹੁੰਦੀ ਹੈ ਔਰ ਇਹ ਵੀ ਮੰਨਿਆ ਜਾਂਦਾ ਕਿ ਜ਼ਿਆਦਾਤਰ ਕਲਾਕਾਰ ਸਿਆਸਤ ਚ ਫਿੱਟ ਨਹੀਂ ਹੁੰਦੇ ਇਹ ਜ਼ਿਆਦਾ ਕਲਾਕਾਰ ਐਸੇ ਨੇ ਜਿਹੜੇ ਸਿਆਸਤ 'ਚ ਕਾਮਯਾਬ ਨਹੀਂ ਹੁੰਦੇ ਸੋ ਤੁਸੀਂ ਬਤੌਰ ਕਲਾਕਾਰ ਸਿਆਸਤ ਨੂੰ ਕਿਵੇਂ ਮਹਿਸੂਸ ਕੀਤਾ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਦਿਲ ਤੋਂ ਸੋਚਣ ਵਾਲੇ ਸੀ ਸ਼ਾਇਦ ਇਸੇ ਕਰਕੇ ਤੁਸੀਂ ਸਿਆਸਤ ਦੇ ਵਿੱਚ